ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਕਤਲ ਮਾਮਲੇ ਦੇ ਵਿੱਚ ਮਿਲੀ ਵੱਡੀ ਸਫਲਤਾ। ਦਰਅਸਲ ਭਗੋੜਾ ਚੱਲ ਰਹੇ ਗੈਂਗਸਟਰ ਸਵਰਨਦੀਪ ਸਿੰਘ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਗੈਂਗਸਟਰ ਅੰਮ੍ਰਿਤਸਰ ਦੇ ਵਿੱਚ ਲੁੱਕ ਕੇ ਰਹਿ ਰਿਹਾ ਸੀ। ਗੁਪਤ ਸੂਚਨਾ ਮਿਲਣ ਤੋਂ ਬਾਅਦ ਹੁਣ ਜਲੰਧਰ ਪੁਲਿਸ ਦੇ ਵੱਲੋਂ ਇਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਵਿੱਚ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ ਖੰਨਾ ਦੇ ਵਿੱਚ ਚਲਦੀ ਟ੍ਰੇਨ ਦਾ ਇੰਜਨ ਡੱਬਿਆਂ ਨਾਲ ਵੱਖ ਹੋ ਗਿਆ ਅਤੇ 2 ਤੋਂ 3 ਕਿਲੋਮੀਟਰ ਤੱਕ ਦੂਰ ਪਹੁੰਚ ਗਿਆ। ਉੱਥੇ ਹੀ ਹਜ਼ਾਰਾਂ ਯਾਤਰੀਆਂ ਦੀ ਜਾਨ ਤੇ ਬਣ ਗਈ ਜੋ ਕਿ ਟ੍ਰੇਨ ਦੇ ਵਿੱਚ ਮੌਜੂਦ ਸੀ। ਰੇਲਵੇ ਵਿਭਾਗ ਦੀ ਜਾਂਚ ਤੋਂ ਬਾਅਦ ਹੀ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲੱਗੇਗਾ, ਪਰ ਇਹ ਘਟਨਾ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੁਣ ਖੜੇ ਕਰ ਰਹੀ ਹੈ। ਜਲਾਲਾਬਾਦ ਰੋਡ ਦੇ ਉੱਤੇ ਬਣੇ ਓਵਰਬ੍ਰਿਜ ਤੇ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ 2 ਪੁਲਿਸ ਮੁਲਾਜ਼ਮ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ। ਜਾਣਕਾਰੀ ਦੇ ਅਨੁਸਾਰ ਓਵਰਬ੍ਰਿਜ ਤੇ ਜਾ ਰਹੀ ਬਲੈਨੋ ਕਾਰ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ 2 PCR ਮੁਲਾਜ਼ਮ ਜ਼ਖਮੀ ਹੋ ਗਏ ਨੇ। ਜ਼ਖਮੀ ਹੋਏ ਪੁਲਿਸ ਮੁਲਾਜ਼ਮ ਦੇ ਵਿੱਚੋਂ ਇੱਕ ਦੀ ਲੱਤ ਵੀ ਟੁੱਟ ਗਈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਆਮ ਆਦਮੀ ਪਾਰਟੀ ਨੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਮੀਦਵਾਰ ਜਿੱਥੇ ਸ਼ੋਕ ਪ੍ਰਾਸ਼ਰ ਪੱਪੀ ਦੇ ਨਾਲ ਬਾਕੀ ਵਿਧਾਇਕ ਵੀ ਮੌਜੂਦ ਰਹੇ। ਗੱਲਬਾਤ ਦੌਰਾਨ ਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਉਹਨਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਸਮਰਥਨ ਮਿਲ ਰਿਹਾ, ਇਸ ਵਾਰ ਆਪ ਦੀ ਲੁਧਿਆਣਾ ਦੇ ਵਿੱਚ ਪੱਕੀ ਜਿੱਤ ਹੋਵੇਗੀ। ਚੋਣਾਂ ਦੌਰਾਨ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੁਧਿਆਣਾ ਦੇ ਵਿੱਚ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਾ। ਲੁਧਿਆਣਾ ਸ਼ਹਿਰੀ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਇਕਬਾਲ ਸਿੰਘ ਨੇ ਅਕਾਲੀ ਦਲ ਦਾ ਪੱਲਾ ਛੱਡਿਆ। ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਅਤੇ ਅਕਾਲੀ ਦਲ ਨੂੰ ਖਾਲੀ ਦਲ ਬੰਦਾ ਹੋਇਆ ਨਜ਼ਰ ਆ ਰਿਹਾ। ਅਸ਼ੋਕ ਪ੍ਰਾਸ਼ਰ ਦੇ ਵੱਲੋਂ ਇਹ ਗੱਲ ਵੀ ਆਖੀ ਗਈ। ਬਠਿੰਡਾ ਦੇ ਪਿੰਡ ਕੋਟਫਤਾ ਦੇ ਵਿੱਚ ਸ਼ਗਨ ਪਾਉਣ ਜਾ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ 1 ਦੀ ਮੌਤ ਤੇ 4 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ। ਜਾਣਕਾਰੀ ਦੇ ਮੁਤਾਬਿਕ ਇਹ ਪਰਿਵਾਰ ਵਿਆਹ ਦਾ ਸ਼ਗਨ ਲਗਾਉਣ ਜਾ ਰਹੇ ਸੀ ਕਿ ਇਸੇ ਦੌਰਾਨ ਜਦੋਂ ਉਹਨਾਂ ਦੀ ਕਾਰ ਪਿੰਡ ਕੋਟਫਤਾ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ, ਜਿਸ ਕਾਰਨ ਕਾਰ ਦੇ ਵਿੱਚ ਸਵਾਰ 2 ਔਰਤਾਂ, 1 ਬੱਚਾ ਅਤੇ 1 ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜਦਕਿ 1 ਦੀ ਮੌਤ ਹੋ ਗਈ ਹੈ। ਨਾਭਾ SDF ਰਿਹਾਇਸ਼ ਦੇ ਸਾਹਮਣੇ PRTC ਬੱਸ ਦਾ ਡਰਾਈਵਰ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਇਹ ਡਰਾਈਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਉਸਨੂੰ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ, ਜਿਸ ਕਾਰਨ ਬੱਸ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਦੀ ਪਹਿਚਾਣ ਜਤਿੰਦਰ ਸਿੰਘ ਉਮਰ 35 ਸਾਲਾਂ ਵਜੋਂ ਹੋਈ ਹੈ, ਜੋ ਨਾਭਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੀ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਇਸ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਹਜ਼ੂਰੀ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕੀਤਾ। ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਜੀ ਨੇ ਸੰਗਤਾਂ ਨੂੰ ਮਾਤਾ ਸੁੰਦਰੀ ਜੀ ਦੇ ਜੀਵਨ ਤੋਂ ਜਾਣੂ ਵੀ ਕਰਵਾਇਆ। ਭਾਜਪਾ ਦੇ ਸੀਨੀਅਰ ਆਗੂ ਅਤੇ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਪਿੰਡ ਸਹੇੜੀ ਵਿਖੇ ਧਰਨੇ ਦੌਰਾਨ ਹੋਏ ਕਿਸਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਿਲਣ ਵੀ ਪਹੁੰਚੇ। ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਨੀਤ ਕੌਰ ਨੇ ਅੱਜ ਅਤੇ ਕੱਲ੍ਹ ਦੇ ਲਈ ਆਪਣੇ ਸਾਰੇ ਪ੍ਰਚਾਰ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ।
ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਕਤਲ ਮਾਮਲੇ ਦੇ ਵਿੱਚ ਮਿਲੀ ਵੱਡੀ ਸਫਲਤਾ। ਦਰਅਸਲ ਭਗੋੜਾ ਚੱਲ ਰਹੇ ਗੈਂਗਸਟਰ ਸਵਰਨਦੀਪ ਸਿੰਘ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਗੈਂਗਸਟਰ ਅੰਮ੍ਰਿਤਸਰ ਦੇ ਵਿੱਚ ਲੁੱਕ ਕੇ ਰਹਿ ਰਿਹਾ ਸੀ। ਗੁਪਤ ਸੂਚਨਾ ਮਿਲਣ ਤੋਂ ਬਾਅਦ ਹੁਣ ਜਲੰਧਰ ਪੁਲਿਸ ਦੇ ਵੱਲੋਂ ਇਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ। ਅਨੰਤਨਾਗ ਚ ਫੌਜ ਦੀ ਗੱਡੀ ਸੜਕ ਤੋਂ ਫਿਸਲੀ, ਇੱਕ ਜਵਾਨ ਦੀ ਮੌਤ, 8 ਜ਼ਖਮੀ। ਹਾਦਸਾ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਵੈਰੀਨਾਗ ਇਲਾਕੇ ਚ ਵਾਪਰਿਆ। ਨੂਪੁਰ ਸ਼ਰਮਾ ਸਮੇਤ ਹਿੰਦੂ ਨੇਤਾਵਾਂ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਮੌਲਾਨਾ ਸੂਰਜ ਗ੍ਰਿਫਤਾਰ। ਸੂਰਤ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਦੱਸਿਆ ਕਿ ਇੱਕ ਖੁਫੀਆ ਸੂਚਨਾ ਦੇ ਆਧਾਰ ਤੇ ਸੂਰਤ ਕ੍ਰਾਈਮ ਬ੍ਰਾਂਚ ਨੇ ਮੌਲਾਨਾ ਸੁਹੇਲ ਅਬੂਕਰ ਨੂੰ ਚੌਂਕ ਬਾਜ਼ਾਰ ਭਰੀ ਮਾਤਾ ਫੁਲਵਾੜੀ ਸਥਿਤ ਆਇਕਾਰਾ ਅਪਾਰਟਮੈਂਟ ਤੋਂ ਕੀਤਾ ਗ੍ਰਿਫਤਾਰ। ਸਾਬਕਾ ਵਿਧਾਇਕ ਅਨੰਤ ਸਿੰਘ ਜੇਲ੍ਹ ਤੋਂ ਬਾਹਰ ਆਏ ਸਮਰਥਕਾਂ ਨੇ ਕੀਤਾ ਜ਼ੋਰਦਾਰ ਸਵਾਗਤ। ਗ੍ਰਹਿ ਵਿਭਾਗ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਅਨੰਤ ਸਿੰਘ ਨੂੰ ਜੇਲ੍ਹ ਤੋਂ 15 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਸਵੇਰੇ ਕਰੀਬ 4 ਵਜੇ ਜੇਲ੍ਹ ਤੋਂ ਬਾਹਰ ਆਇਆ। ਜੇਲ੍ਹ ਦੇ ਬਾਹਰ ਸਮਰਥਕਾਂ ਨੇ ਜ਼ੋਰਦਾਰ ਕੀਤਾ ਸਵਾਗਤ। ਮਲਿਕਾਰਜੁਨ ਅਤੇ ਰਾਹੁਲ ਗਾਂਧੀ ਨੇ ਫੌਜ ਦੇ ਕਾਫਲੇ ਦੇ ਹਮਲੇ ਦੀ ਕੀਤੀ ਨਿੰਦਾ। ਖੜਗੇ ਨੇ ਕਿਹਾ, ਜੰਮੂ ਕਸ਼ਮੀਰ ਦੇ ਪੁੰਛ 'ਚ ਭਾਰਤੀ ਹਵਾਈ ਸੈਨਾ ਦੇ ਵਾਹਨ 'ਤੇ ਹੋਏ ਕਾਇਰਾਨਾ ਅੱਤਵਾਦੀ ਹਮਲੇ ਤੋਂ ਮੈਂ ਬਹੁਤ ਦੁਖੀ ਹਾਂ। ਅਸੀਂ ਇਸ ਕਾਇਰਾਨਾ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਅੱਤਵਾਦ ਵਿਰੁੱਧ ਦੇਸ਼ ਦੇ ਨਾਲ ਖੜੇ ਹਾਂ। ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਮ੍ਰਿਤਕ ਦੋਸ਼ੀ ਦਾ ਪਰਿਵਾਰ ਅਦਾਲਤ 'ਚ ਪਹੁੰਚਿਆ। ਪੁਲਿਸ ਦਾ ਦਾਅਵਾ ਹੈ ਕਿ ਥਾਪਰ ਨੇ ਹਵਾਲਾਤ 'ਚ ਖੁਦਕੁਸ਼ੀ ਕਰ ਲਈ ਹੈ, ਜਦਕਿ ਉਸਦੀ ਮਾਂ ਰੀਟਾ ਦੇਵੀ ਨੇ ਸ਼ੁੱਕਰਵਾਰ ਨੂੰ ਹਾਈ ਕੋਰਟ 'ਚ ਦਾਇਰ ਕੀਤੀ ਪਟੀਸ਼ਨ 'ਚ ਦੋਸ਼ ਲਗਾਇਆ ਕਿ ਉਸਦੇ ਬੇਟੇ ਦੀ ਹੱਤਿਆ ਕੀਤੀ ਗਈ ਹੈ। ਨੂੰ ਸਮੂਹਿਕ ਜਬਰ ਜਨਾਹ ਕਾਂਡ, CBI ਅਦਾਲਤ ਨੇ 4 ਜਣਿਆਂ ਨੂੰ ਸੁਣਾਈ ਮੌਤ ਦੀ ਸਜ਼ਾ। ਕਸ਼ਮੀਰ ਦੇ ਪੁੰਛ 'ਚ ਅੱਤਵਾਦੀ ਹਮਲਾ, 4 ਅੱਤਵਾਦੀਆਂ ਵੱਲੋਂ ਕੀਤੀ ਫਾਇਰਿੰਗ ਦਾ ਮਾਮਲਾ। ਇਲਾਜ ਦੌਰਾਨ ਇੱਕ ਜਵਾਨ ਹੋਇਆ ਸ਼ਹੀਦ, ਇੱਕ ਜਵਾਨ ਦੀ ਹਾਲਤ ਗੰਭੀਰ। ਬੀਤੀ ਸ਼ਾਮ ਨੂੰ ਹਮਲੇ ਦੌਰਾਨ 5 ਜਵਾਨ ਹੋਏ ਸੀ ਗੰਭੀਰ ਜ਼ਖਮੀ। ਫਾਇਰਿੰਗ ਕਰਕੇ ਜੰਗਲ ਵੱਲ ਭੱਜਿਆ ਅੱਤਵਾਦੀ, ਪੂਰਾ ਇਲਾਕਾ ਸੀਲ, ਸਰਚ ਆਪਰੇਸ਼ਨ ਜਾਰੀ। ਪਿਤਾ ਨੇ ਆਪਣੇ ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ, ਜ਼ਹਿਰ ਦੇ ਕੇ ਕੀਤੀ ਹੱਤਿਆ। ਪਿਤਾ ਖੁਦ ਸਕੂਲ ਤੋਂ ਲੈ ਕੇ ਆਇਆ ਤੇ ਫਿਰ ਕੀਤਾ ਕਤਲ। ਮ੍ਰਿਤਕ ਬੱਚਿਆਂ ਦੀ ਉਮਰ 13 ਤੇ 11 ਸਾਲ। ਅਫਗਾਨਿਸਤਾਨ ਦੀ ਮਹਿਲਾ ਡਿਪਲੋਮੈਂਟ ਕਰਦੀ ਸੀ, ਸੋਨੇ ਦੀ ਤਸਕਰੀ। ਦੁਬਈ ਤੋਂ ਲਿਆਉਂਦੇ ਹੋਏ ਮੁੰਬਈ 'ਚ ਫੜਿਆ 25 ਕਿਲੋ ਸੋਨਾ। ਪਾਕਿਸਤਾਨ ਲਈ ਮੁੜ ਦੂਤ ਬਣੀ ਭਾਰਤੀ ਜਲ ਸੈਨਾ, ਐਮਰਜੈਂਸੀ ਸੰਦੇਸ਼ ਤੋਂ ਬਾਅਦ ਬਚਾਈ ਜਾਣ। 7 ਚੀਨੀ ਫੌਜੀ ਜਹਾਜ਼ ਅਤੇ 5 ਜਲ ਸੈਨਾ ਦੇ ਜਹਾਜ਼ ਤਾਈਵਾਨ ਦੀ ਸਰਹੱਦ ਦੇ ਨੇੜੇ ਸ਼ਨੀਵਾਰ ਅਤੇ ਐਤਵਾਰ ਨੂੰ ਲਗਾਤਾਰ 2 ਦਿਨ ਦੇਖੇ ਗਏ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਦਿੱਤੀ ਇਹ ਚੇਤਾਵਨੀ। ਚੀਨ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਤਾਈਵਾਨ ਦੇ ਹਥਿਆਰਬੰਦ ਬਲਾਂ ਨੇ ਸਥਿਤੀ 'ਤੇ ਰੱਖੀ ਨਜ਼ਰ ਅਤੇ ਖੇਤਰ 'ਚ ਲੜਾਕੂ ਜਹਾਜ਼, ਜਲ ਸੈਨਾ ਦੇ ਜਹਾਜ਼ ਅਤੇ ਤੱਟਵਰਤੀ ਮਿਜ਼ਾਈਲ ਪ੍ਰਣਾਲੀਆਂ ਨੂੰ ਕੀਤਾ ਤੈਨਾਤ। ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਕਰਾਚੀ 'ਚ ਦੁੱਧ ਦੀ ਕੀਮਤ 10 ਰੁਪਏ ਪ੍ਰਤੀ ਲੀਟਰ ਤੱਕ ਵਧੀ। ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਦੁੱਧ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਹੋਇਆ ਵਾਧਾ। ਦੁੱਧ ਦੀ ਕੀਮਤ ਹੁਣ 210 ਰੁਪਏ ਪ੍ਰਤੀ ਲੀਟਰ ਹੋਈ। ਅਮਰੀਕਾ ਦੇ ਮਿਆਮੀ ਵਿੱਚ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਸੱਪ ਸਮੇਤ ਕੀਤਾ ਗ੍ਰਿਫਤਾਰ। ਵਿਅਕਤੀ ਨੇ ਆਪਣੀ ਪੈਂਟ ਵਿੱਚ ਲੁਕੋਇਆ ਸੀ ਸੱਪ, ਸੁਰੱਖਿਆ ਕਰਮਚਾਰੀਆਂ ਨੇ ਕੀਤਾ ਗ੍ਰਿਫਤਾਰ। ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਵਾਈਟ ਹਾਊਸ ਦੇ ਗੇਟ ਨਾਲ ਟਕਰਾਈ ਇੱਕ ਕਾਰ, ਜਿਸ ਕਾਰਨ ਡਰਾਈਵਰ ਦੀ ਹੋਈ ਮੌਤ। ਸ਼ਨੀਵਾਰ ਰਾਤ ਕਰੀਬ 10:30 ਵਜੇ ਵਾਪਰੀ ਇਹ ਘਟਨਾ। ਅਮਰੀਕਾ ਦੇ ਪੂਰਬੀ ਟੈਕਸਾਸ 'ਚ ਹੜ੍ਹ ਦਾ ਕਹਿਰ ਜਾਰੀ। ਹਿਊਸਟਨ ਦੇ ਆਸ ਪਾਸ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ 600 ਤੋਂ ਵੱਧ ਲੋਕਾਂ ਨੂੰ ਬਚਾਇਆ। ਮੀਂਹ ਪੈਣ ਦੀ ਭਵਿੱਖਬਾਣੀ ਕਾਰਨ ਹੜ੍ਹਾਂ ਦਾ ਖਤਰਾ ਹੋਰ ਵਧਿਆ। ਬ੍ਰਾਜ਼ੀਲ 'ਚ ਭਾਰੀ ਮੀਂਹ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 57। 67 ਲੋਕ ਅਜੇ ਵੀ ਲਾਪਤਾ, 32,000 ਤੋਂ ਵੱਧ ਲੋਕ ਹੋਏ ਬੇਘਰ। ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਅਜੇ ਵੀ ਜਾਰੀ। ਸੰਯੁਕਤ ਰਾਸ਼ਟਰ ਦੇ ਭੋਜਨ ਪ੍ਰੋਗਰਾਮ ਦੇ ਮੁਖੀ ਨੇ ਉੱਤਰੀ ਗਾਜ਼ਾ ਵਿੱਚ ਪੂਰਨ ਕਾਲ ਦੀ ਦਿੱਤੀ ਚੇਤਾਵਨੀ।
ਸੰਗਠਨ ਨੇ ਜੰਗਬੰਦੀ ਦੀ ਕੀਤੀ ਮੰਗ। ਆਸਟ੍ਰੇਲੀਆ ਦੇ ਪੱਛਮੀ ਸ਼ਹਿਰ ਪਰਥ ਵਿੱਚ ਇੱਕ ਵਿਅਕਤੀ ਉੱਤੇ ਚਾਕੂ ਨਾਲ ਹਮਲਾ ਕਰਨ ਵਾਲੇ 16 ਸਾਲਾ ਮੁੰਡੇ ਨੂੰ ਪੁਲਿਸ ਨੇ ਮਾਰੀ ਗੋਲੀ। ਇਹ ਘਟਨਾ ਸ਼ਨੀਵਾਰ ਰਾਤ ਨੂੰ ਉਪਨਗਰ ਵਿਲੇਟਨ ਵਿੱਚ ਇੱਕ ਹਾਰਡਵੇਅਰ ਸਟੋਰ ਦੀ ਪਾਰਕਿੰਗ ਵਿੱਚ ਵਾਪਰੀ। ਸਾਦਿਕ ਖਾਨ ਨੇ ਲੰਡਨ ਦੇ ਮੇਅਰ ਵਜੋਂ ਰਿਕਾਰਡ ਤੀਜੀ ਵਾਰ ਕੀਤੀ ਜਿੱਤ ਹਾਸਲ। 53 ਸਾਲਾ ਪਾਕਿਸਤਾਨੀ ਮੂਲ ਦੀ ਲੇਬਰ ਪਾਰਟੀ ਦੇ ਉਮੀਦਵਾਰ ਨੇ 10,88,225 ਵੋਟਾਂ ਕੀਤੀਆਂ ਹਾਸਲ। ਉਹ ਲੰਡਨ ਦੇ ਲਗਾਤਾਰ ਤੀਜੀ ਵਾਰ ਬਣਨਗੇ ਮੇਅਰ। ਇਜ਼ਰਾਈਲ ਡਿਫੈਂਸ ਫੋਰਸਿਸ ਨੇ ਕੀਤਾ ਐਲਾਨ। ਇਸਲਾਮਿਕ ਜਿਹਾਦ ਰਫਾ ਬ੍ਰਿਗੇਡ ਦਾ ਸੀਨੀਅਰ ਕਮਾਂਡਰ ਐਲਨ ਜ਼ਾਰਬ ਦੱਖਣੀ ਗਜ਼ਾਨ ਸ਼ਹਿਰ ਰਫਾ 'ਤੇ ਹਵਾਈ ਹਮਲੇ 'ਚ ਮਾਰਿਆ। ਅੱਜ ਸਰਾਫਾ ਬਾਜ਼ਾਰ 'ਚ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 63,350 ਰੁਪਏ ਅਤੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ ਹੋਈ 70,720 ਰੁਪਏ। ਇਸ ਦੇ ਨਾਲ ਹੀ ਚਾਂਦੀ 27,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ। ਇੰਡੀਗੋ ਆਪਣੇ ਕਰਮਚਾਰੀਆਂ ਨੂੰ 2024 'ਚ ਬੰਪਰ ਬੋਨਸ ਦੇਣ ਜਾ ਰਿਹਾ। ਮਈ ਮਹੀਨੇ ਦੀ ਤਨਖਾਹ ਦੇ ਨਾਲ ਨਾਲ ਆਪਣੇ ਸਟਾਫ ਨੂੰ 1.5 ਗੁਣਾ ਇੱਕ ਮੁਸ਼ਤ ਬੋਨਸ ਨਾਲ ਲਾਭ ਕਰੇਗੀ ਪ੍ਰਦਾਨ। ਕੇਂਦਰ ਸਰਕਾਰ ਨੇ ਪੈਨਸ਼ਨਾਂ ਦੇ ਲਈ ਭਵਿਸ਼ਿਆ ਪੋਰਟ ਦੀ ਕੀਤੀ ਸ਼ੁਰੂਆਤ। ਪੈਨਸ਼ਨਾਂ ਨੂੰ ਅਕਸਰ ਆਪਣੀ ਪੈਨਸ਼ਨ ਦੇ ਖਾਤੇ ਨੂੰ ਸੰਭਾਲਣ ਲਈ ਮੁਸ਼ਕਲ ਦਾ ਕਰਨਾ ਪੈਂਦਾ ਸਾਹਮਣਾ। ਹੁਣ ਪੈਨਸ਼ਨਰ ਭਵਿਸ਼ ਪੋਰਟਲ ਦੀ ਮਦਦ ਦੇ ਨਾਲ ਘਰ ਬੈਠੇ ਆਪਣੀ ਮਹੀਨਾਵਾਰ ਪੈਨਸ਼ਨ ਸਲਿੱਪ ਕਰ ਸਕਣਗੇ ਚੈੱਕ। ਏਅਰ ਇੰਡੀਆ ਦੀ ਉਡਾਣ 'ਚ ਹੁਣ ਸਿਰਫ 15 ਕਿਲੋ ਸਮਾਨ ਮੁਫ਼ਤ 'ਚ ਲਿਜਾਇਆ ਜਾ ਸਕੇਗਾ। ਏਅਰਲਾਈਨ ਕੰਪਨੀ ਨੇ ਕਿਫਾਇਤੀ ਕਿਰਾਇਆ ਸ਼੍ਰੇਣੀ ਜਾਂ ਇਕੋਨਮੀ ਕਲਾਸ ਦੇ ਲਈ ਫੇਅਰ ਫੈਮਿਲੀ ਮਾਡਲ ਤਹਿਤ ਫ੍ਰੀ ਕੈਬਨ ਬੈਗੇਜ ਅਲਾਊਂਸ ਘਟਾ ਕੇ ਕੀਤਾ 15 ਕਿਲੋ। ਭਾਰਤ ਦੇ ਸਟਾਰ ਰੈਸਲਰ ਬਜਰੰਗ ਪੂਨੀਆ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਹੀਂ ਲੈ ਰਹੀਆਂ ਨਾਂ। ਬਜਰੰਗ ਦਾ ਇਸ ਸਾਲ ਪੈਰਿਸ ਓਲੰਪਿਕ ਦਾ ਹਿੱਸਾ ਲੈਣ ਦਾ ਸੁਪਨਾ ਹੋ ਸਕਦਾ ਚਕਨਾਚੂਰ। ਡੋਪ ਟੈਸਟ ਲਈ ਸੈਂਪਲ ਨਾ ਦੇਣ ਕਾਰਨ ਨਾਡਾ ਨੇ ਬਜਰੰਗ ਨੂੰ ਕੀਤਾ ਮੁਅੱਤਲ। ਰਾਇਲ ਚੈਲੇਂਜਰ ਬੰਗਲੁਰੂ ਨੇ ਕਪਤਾਨ ਫਾਫਡੂ ਪਲੇਸਿਸ ਦੀ ਤੇਜ਼ ਤਰਾਰ ਸੈਂਕੜੇ ਦੀ ਬਦੌਲਤ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ IPL ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 4 ਵਿਕਟਾਂ ਨਾਲ ਹਰਾਇਆ। ਪੂਰੀ ਟੀਮ 19.3 ਓਵਰਾਂ ਦੇ ਵਿੱਚ 147 ਦੌੜਾਂ ਬਣਾ ਕੇ ਹੋਈ ਆਊਟ। ਡਿਫੈਂਡਰ ਰੋਹਿਤ ਦੀ ਅਗਵਾਈ ਵਿੱਚ ਭਾਰਤੀ ਜੂਨੀਅਰ ਪੁਰਸ਼ ਹਾਕੀ 20-29 ਮਈ ਤੱਕ ਯੂਰਪ ਦੌਰੇ 'ਤੇ ਖੇਡੇਗੀ 5 ਮੈਚ। ਭਾਰਤੀ ਜੂਨੀਅਰ ਟੀਮ ਦੀ ਅਗਵਾਈ ਕਰਨਗੇ ਡਿਫੈਂਡਰ ਰੋਹਿਤ। ਭਾਰਤ ਇਸ ਮੈਚ ਦੀ ਸ਼ੁਰੂਆਤ 20 ਮਈ ਨੂੰ ਐਟਵਰਪ ਵਿੱਚ ਬੈਲਜੀਅਮ ਦੇ ਖਿਲਾਫ਼ ਕਰੇਗਾ। ਵਿਪਨ ਸਿੰਘ ਨੇ ਇੱਕ ਵਾਰ ਮੁੜ ਫੁੱਟਬਾਲ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁੰਬਈ ਸਿਟੀ MFC ਨੂੰ ਦਿਵਾਈ ਸ਼ਾਨਦਾਰ ਜਿੱਤ। ਦੂਸਰੀ ਵਾਰ ਇੰਡੀਅਨ ਸੁਪਰ ਲੀਗ ਫੁੱਟਬਾਲ ਦਾ ਖਿਤਾਬ ਪਾਇਆ ਉਸਦੀ ਝੋਲੀ। ਅੱਜ ਸਰਾਫਾ ਬਾਜ਼ਾਰ 'ਚ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 63,350 ਰੁਪਏ ਅਤੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ ਹੋਈ 70,720 ਰੁਪਏ। ਇਸ ਦੇ ਨਾਲ ਹੀ ਚਾਂਦੀ 27,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ। ਕੇਂਦਰ ਸਰਕਾਰ ਨੇ ਪੈਨਸ਼ਨਾਂ ਦੇ ਲਈ ਭਵਿਸ਼ਿਆ ਪੋਰਟ ਦੀ ਕੀਤੀ ਸ਼ੁਰੂਆਤ। ਪੈਨਸ਼ਨਾਂ ਨੂੰ ਅਕਸਰ ਆਪਣੀ ਪੈਨਸ਼ਨ ਦੇ ਖਾਤੇ ਨੂੰ ਸੰਭਾਲਣ ਲਈ ਮੁਸ਼ਕਲ ਦਾ ਕਰਨਾ ਪੈਂਦਾ ਸਾਹਮਣਾ। ਹੁਣ ਪੈਨਸ਼ਨਰ ਭਵਿਸ਼ ਪੋਰਟਲ ਦੀ ਮਦਦ ਦੇ ਨਾਲ ਘਰ ਬੈਠੇ ਆਪਣੀ ਮਹੀਨਾਵਾਰ ਪੈਨਸ਼ਨ ਸਲਿੱਪ ਕਰ ਸਕਣਗੇ ਚੈੱਕ। ਭਈਆ ਜੀ, ਫਿਲਮ 24 ਨੂੰ ਹੋਵੇਗੀ ਰਿਲੀਜ਼। ਮਨੋਜ ਬਾਜਪੇਈ ਨੇ ਆਪਣੇ ਐਕਸ 'ਤੇ ਸ਼ੇਅਰ ਕੀਤਾ ਪੋਸਟਰ। ਦ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਸਨੀ ਦਿਓਲ ਭਰਾਵਾਂ ਨੇ ਕੀਤੀ ਖੂਬ ਮਸਤੀ। ਸਨੀ ਦਿਓਲ ਨੇ ਸ਼ੋਅ 'ਚ ਕਿਹਾ ਕਿ ਜਦੋਂ ਤੋਂ ਉਹਨਾਂ ਦੇ ਬੇਟੇ ਕਰਨ ਨੇ ਵਿਆਹ ਕਰਵਾਇਆ ਉਦੋਂ ਤੋਂ ਉਹਨਾਂ ਦੇ ਪਰਿਵਾਰ ਦੀ ਕਿਸਮਤ ਬਦਲ ਗਈ।
ਫੈਟ ਸ਼ੇਮਿੰਗ ਕਰਨ ਵਾਲੇ ਟ੍ਰੋਲਰ ਨੂੰ ਰਸ਼ਮੀ ਦੇਸਾਈ ਦਾ ਕਰਾਰਾ ਜਵਾਬ, ਕਿਹਾ ਹਰ ਸਮੇਂ 21-22 ਦੀ ਨਹੀਂ ਦਿਖ ਸਕਦੀ। ਪੰਜਾਬੀ ਗਾਇਕ ਮਾਸਟਰ ਸਲੀਮ ਦੇ ਜਲੰਧਰ ਦੇ ਦਫ਼ਤਰ 'ਚ ਹੋਈ ਚੋਰੀ, ਤਾਲਾ ਤੋੜ ਕੇ ਚੋਰ ਉਡਾ ਲੈ ਗਏ ਸਾਰਾ ਸਮਾਨ। ਸੁਪਰਸਟਾਰ ਸਿੰਗਰ ਤਿੰਨ ਦੇ ਸ਼ੋਅ ਦੇ ਵਿੱਚ ਨੇਹਾ ਕੱਕੜ ਨੇ ਨਿਸ਼ਾਂਤ ਗੁਪਤਾ ਦੀ ਕੀਤੀ ਤਾਰੀਫ, ਕਿਹਾ ਇੰਨੇ ਉੱਚੇ ਪੱਧਰ ਤੇ ਪਰਫਾਰਮ ਕਰਨਾ ਕਾਫੀ ਔਖਾ। ਆਸ਼ੂਤੋਸ਼ ਰਾਣਾ ਤੇ ਵਿਜੇ ਰਾਜ ਦੀ ਥ੍ਰਿਲਰ ਸੀਰੀਜ਼ ਮਰਡਰ ਇਨ ਮਾਹਿਮ ਦਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਕਾਫੀ ਪਸੰਦ। ਫਰਵਰੀ 2025 'ਚ ਸ਼ੁਰੂ ਹੋਵੇਗੀ ਫਰਹਾਨ ਅਖਤਰ ਦੀ ਫਿਲਮ ਡੌਨ 3 ਦੀ ਸ਼ੂਟਿੰਗ, ਜਿਸ ਦੇ ਵਿੱਚ ਰਣਵੀਰ ਸਿੰਘ ਅਤੇ ਕਿਆਰਾ ਅਡਵਾਨੀ ਨਿਭਾਉਣਗੇ ਅਹਿਮ ਭੂਮਿਕਾ। ਫਿਲਮ ਵੱਤੀਆਂ ਦੇ ਵਿੱਚ ਨਜ਼ਰ ਆਵੇਗੀ ਅਮਿਤਾਭ ਬੱਚਨ ਅਤੇ ਰਜਨੀਕਾਂਤ ਦੀ ਸੁਪਰ ਹਿੱਟ ਜੋੜੀ। ਫਿਲਮ ਹੀਰਾ ਮੰਡੀ 'ਚ ਰਿਚਾ ਚੱਡਾ ਦਾ ਰੋਇਲ ਲੁੱਕ ਫੈਨਸ ਨੂੰ ਆ ਰਿਹਾ ਕਾਫੀ ਪਸੰਦ। ਜਾਨਵੀ ਕਪੂਰ ਨੇ ਮਿਸਟਰ ਐਂਡ ਮਿਸਿਜ ਮਾਹੀ ਨਿਰਦੇਸ਼ਕ ਸ਼ਰਨ ਸ਼ਰਮਾ ਦੇ ਨਾਲ ਕੀਤੀ ਖੂਬ ਮਸਤੀ, MI ਬਨਾਮ KKR IPL ਮੈਚ ਦਾ ਆਨੰਦ ਮਾਣਿਆ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਆਪਣੀਆਂ ਤਸਵੀਰਾਂ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।